ਵਿਅਕਤੀ ਕੀ ਕਹਿ ਰਿਹਾ, ਉਹ ਖਾਲਿਸਤਾਨੀ ਕੀ ਕਹਿ ਰਿਹਾ ਕਿ ਮੰਦਿਰ ਚ ਬੱਚਿਆਂ ਦਾ ਬਲਾਤਕਾਰ ਕੀਤਾ ਜਾਂਦਾ, ਮੰਦਿਰ ਚ ਨਸ਼ਾ ਵੇਚਿਆ ਜਾਂਦਾ, ਇਹਦਾ ਇੱਥੇ ਤਾਂ ਭਗਵਾਨ ਇਹ ਨੀ ਬਿਠਾਏ ਹੋਏ ਨੇ। ਮੈਂ ਉਹ ਸ਼ਬਦ ਆਪਣੇ ਮੂੰਹ ਬੋਲ ਨਹੀਂ ਸਕਦਾ ਜਿਹੜੀ ਬਕਵਾਸ ਬਾਜੀ ਉਸ ਵਿਅਕਤੀ ਦੁਆਰਾ ਕੀਤੀ ਹੈ। ਔਰ ਸਰਕਾਰ ਹਮੇਸ਼ਾ ਹਿੰਦੂ ਭਾਈਚਾਰੇ ਨਾਲ ਵਿਤਕਰਾ ਕਰ ਰਹੀ ਹੈ। ਕਿਆ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ? ਆਪਾਂ ਚੁੱਪ ਕਿਉਂ ਬੈਠੇ ਆ? ਪੁਲਿਸ ਪ੍ਰਸ਼ਾਸਨ ਦੇ ਕੋਲ ਆਏ, ਅਸੀਂ ਆਪਣਾ ਹੱਕ ਰੱਖਿਆ, ਪੱਕ ਰੱਖਿਆ ਕਿ ਇਸ ਬੰਦੇ ਨੇ ਮੁਕੱਦਮਾ ਦਰਜ ਕਿਉਂ ਨਹੀਂ ਕੀਤਾ, ਇਸ ਬੰਦੇ ਤੇ ਕਿਉਂ ਨਹੀਂ FIR ਕੀਤੀ। ਸਾਡੇ ਹਿੰਦੂਆਂ ਨੂੰ ਹਮੇਸ਼ਾ ਕੀ ਹੈ, ਸਰਕਾਰ ਵੀ ਹੋਵੇ ਚਾਹੇ ਪ੍ਰਸ਼ਾਸਨ ਵੀ ਹੋਵੇ, ਇੱਕ ਲੋਲੀਪੋਪ ਦਿੰਦਾ ਆਇਆ ਵੈ ਵੀ ਅਸੀਂ ਜਿਹੜੀ ਗੱਲ ਕਹਿੰਦੇ ਹਾਂ ਨਾ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ, ਇਸੇ ਕਰਕੇ ਕਹਿੰਦੇ ਆ। ਮੰਦਰਾਂ ਦੇ ਬਾਹਰ ਖੜ ਕੇ ਖਾਲਿਸਤਾਨੀ ਸੋਚ ਦੇ ਲੋਕ ਸਾਡੇ ਦੇਵੀ ਦੇਵਤਿਆਂ ਨੂੰ, ਸਾਡੇ ਪੰਡਤਾਂ ਨੂੰ ਗਾਲਾਂ ਕੱਢਦੇ ਨੇ। ਜੇ ਇਹੀ ਕੋਈ ਗੱਲ ਕਿਸੇ ਦੂਜੇ ਧਰਮ ਦੇ ਲਈ ਹੁੰਦੀ ਹੋਵੇ ਤਾਂ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਮਿਨਿਸਟਰਾਂ ਨੇ ਵੀ ਇੰਟਰਸਪੈਕਟ ਕਰਨਾ ਸੀਗਾ, ਮੁੱਖ ਮੰਤਰੀ ਨੇ ਵੀ ਇਹਦੇ ਵਿੱਚ ਦਖਲ ਦੇਣਾ ਸੀ। ਲੁਧਿਆਣਾ ਕਮਿਸ਼ਨਰ, ਪੁਲਿਸ ਕਮਿਸ਼ਨਰ ਨੂੰ ਸ਼ਿਵ ਸੈਨਾ ਪੰਜਾਬ ਦਾ ਇੱਕ ਸ਼ਿਸ਼ਟ ਮੰਡਲ ਮਿਲਣ ਆਇਆ ਉਸ ਮਾਮਲੇ ਦੇ ਵਿੱਚ, ਜਿਹੜੀ ਕਿ 6 ਤਰੀਕ ਨੂੰ ਸ਼ਿਵਰਾਤਰੀ ਤੋਂ 2 ਦਿਨ ਪਹਿਲਾਂ ਦਕਸ਼ਿਨੇਸ਼ਵਰੀ ਮਾਂ ਦੇ ਮੰਦਿਰ ਦੇ ਬਾਹਰ ਖੜ ਕੇ ਇੱਕ ਖਾਲਿਸਤਾਨੀ ਨੇ, ਜਿਹਦੀ ਸੋਚ ਹੀ ਖਾਲਿਸਤਾਨੀ ਹੈ, ਜਿਹਨੇ ਸਾਡੇ ਮੰਦਿਰ ਬਾਰੇ, ਸਾਡੇ ਦੇਵੀ ਦੇਵਤਿਆਂ ਬਾਰੇ, ਸਾਡੇ ਪੁਜਾਰੀ ਬਾਰੇ ਅਪਸ਼ਬਦ ਬੋਲੇ, ਜਿਹਦੀ ਕਿ ਅਸੀਂ ਐਪਲੀਕੇਸ਼ਨ 8 ਨੰਬਰ ਥਾਂ ਪਹਿਲਾਂ ਘੁਮਾਰ ਮੰਡੀ ਚੌਂਕੀ ਫਿਰ 8 ਨੰਬਰ ਥਾਣੇ ਦਿੱਤੀ, ਜਿਨ੍ਹਾਂ ਨੇ ਕੋਈ ਬਹੁਤਾ ਵਧੀਆ ਉਹਦਾ ਹੁੰਗਾਰਾ ਨਹੀਂ ਦਿੱਤਾ। ਔਰ ਉਸ ਬੰਦੇ ਨੂੰ ਇੱਕ ਛੋਟੀ ਜਿਹੀ ਧਾਰਾ ਲਾ ਕੇ, ਜਿੱਦਾਂ ਮੂੰਹ ਚੋਪੜਨਾ ਹੁੰਦਾ, ਇੱਕ ਛੋਟੀ ਜਿਹੀ ਧਾਰਾ ਲਾ ਕੇ ਉਹਨੂੰ ਵਾਪਸ ਛੱਡਤਾ ਗਿਆ। ਅਸੀਂ ਅੱਜ ਕਮਿਸ਼ਨਰ ਸਾਹਿਬ ਨੂੰ ਇਹ ਦੱਸਣ ਆਏ ਸੀਗੇ ਵੀ ਅਸੀਂ ਜਿਹੜੀ ਗੱਲ ਕਹਿੰਦੇ ਹਾਂ ਨਾ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ, ਇਸੇ ਕਰਕੇ ਕਹਿੰਦੇ ਹਾਂ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ, ਸਨਾਤਨ ਸਮਾਜ ਦੀ ਕੋਈ ਸੁਣਵਾਈ ਨਹੀਂ। ਮੰਦਰਾਂ ਦੇ ਬਾਹਰ ਖੜ ਕੇ ਖਾਲਿਸਤਾਨੀ ਸੋਚ ਦੇ ਲੋਕ ਸਾਡੇ ਦੇਵੀ ਦੇਵਤਿਆਂ ਨੂੰ, ਸਾਡੇ ਮੰਦਰ ਦੇ ਪ੍ਰਬੰਧਕਾਂ ਨੂੰ, ਸਾਡੇ ਪੰਡਤਾਂ ਨੂੰ ਗਾਲਾਂ ਕੱਢਦੇ ਨੇ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਜੇ ਇਹੀ ਕੋਈ ਗੱਲ ਕਿਸੇ ਦੂਜੇ ਧਰਮ ਦੇ ਲਈ ਹੁੰਦੀ ਹੋਵੇ ਤਾਂ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਮਿਨਿਸਟਰਾਂ ਨੇ ਵੀ ਇੰਟਰਸਪੈਕਟ ਕਰਨਾ ਸੀਗਾ, ਮੁੱਖ ਮੰਤਰੀ ਨੇ ਵੀ ਇਹਦੇ ਵਿੱਚ ਦਖਲ ਦੇਣਾ ਸੀ। ਅਤੇ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡੇ ਨਾਲ ਵਿਤਕਰਾ ਹੁੰਦਾ ਪੰਜਾਬ ਦੇ ਅੰਦਰ। ਖਾਲਿਸਤਾਨੀ ਸੋਚ ਦਾ ਵਿਅਕਤੀ ਦੇਖੋ ਸ਼ਰੇਆਮ ਮੰਦਿਰ ਦੇ ਬਾਹਰ ਆ ਕੇ ਮੰਦਿਰਾਂ ਨੂੰ ਟਾਰਗੇਟ ਕਰ ਰਿਹਾ ਵੈ। ਅਸੀਂ ਹਿੰਦੂਆਂ ਨੇ 50% ਵੋਟਾਂ ਪਾ ਕੇ ਸਰਕਾਰ ਬਣਾਈ, ਸਾਡੀ ਹਿੰਦੂਆਂ ਦੀ 50% ਵੋਟ ਹੈ ਘੱਟੋ ਘੱਟ ਪੰਜਾਬ ਦੇ ਵਿੱਚ। ਔਰ ਸਰਕਾਰ ਹਮੇਸ਼ਾ ਹਿੰਦੂ ਭਾਈਚਾਰੇ ਨਾਲ ਵਿਤਕਰਾ ਕਰ ਰਹੀ ਹੈ। ਮੈਂ ਇੱਕ ਚੀਜ਼ ਸਪਸ਼ਟ ਐਂਡ ਸਾਫ ਦੱਸਣਾ ਚਾਹੁੰਦਾ ਵਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦਾ ਹਿੰਦੂ ਜ਼ਰੂਰ ਦੱਸੇਗਾ। ਮੈਂ ਇੱਕ ਚੀਜ਼ ਪੰਜਾਬ ਦੇ ਰਹਿੰਦੇ ਜਿੰਨੇ ਵੀ ਮੇਰੇ ਹਿੰਦੂ ਭਰਾ ਨੇ ਮੈਂ ਪੁੱਛਣਾ ਚਾਹੁੰਦਾ ਵਾਂ, ਕਿਆ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ? ਆਪਾਂ ਚੁੱਪ ਕਿਉਂ ਬੈਠੇ ਹਾਂ? ਹਜੇ ਤੱਕ ਕਿਉਂ ਨਹੀਂ ਸਰਕਾਰ ਦਾ ਜਾਂ ਪੁਲਿਸ ਪ੍ਰਸ਼ਾਸਨ ਦੇ ਕੋਲ ਆਏ, ਅਸੀਂ ਆਪਣਾ ਹੱਕ ਰੱਖਿਆ, ਪੱਕ ਰੱਖਿਆ ਕਿ ਇਸ ਬੰਦੇ ਨੇ ਮੁਕੱਦਮਾ ਦਰਜ ਕਿਉਂ ਨਹੀਂ ਕੀਤਾ, ਇਸ ਬੰਦੇ 'ਤੇ ਕਿਉਂ ਨਹੀਂ FIR ਕੀਤੀ? ਮਤਲਬ ਸਾਡੇ ਹਿੰਦੂਆਂ ਨੂੰ ਹਮੇਸ਼ਾ ਕੀ ਹੈ, ਸਰਕਾਰ ਵੀ ਹੋਵੇ ਚਾਹੇ ਪ੍ਰਸ਼ਾਸਨ ਵੀ ਹੋਵੇ, ਇੱਕ ਲੋਲੀਪੋਪ ਦਿੰਦਾ ਆਇਆ ਵੈ। ਮੈਂ ਸਾਫ ਲੈਜੇ ਨਾਲ ਕਹਿੰਦਾ ਵਾਂ ਕਿ ਅਗਰ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਹਿੰਦੂ ਸਮਾਜ ਫਿਰ ਧਰਨਾ ਲਾਊਗਾ, ਫਿਰ ਰੋਡ 'ਤੇ ਆਊਗਾ, ਨਹੀਂ ਤਾਂ ਮੁੱਦਾ ਤਾਂ ਇਹ ਹੀ ਹੈ, ਹਿੰਦੂ ਸਮਾਜ ਨੂੰ ਹੱਕ ਕਿੱਦਾਂ ਮਿਲਿਆ?
ਦਰੀਆਂ ਵਿਛਾ ਕੇ ਧਰਨਾ ਲਾ ਕੇ ਉਹਦੇ ਵੀ ਹਿੰਦੂ ਸਮਾਜ ਨੂੰ ਜਾਣਦਾ ਹੀ ਹੈ ਜੀ। ਤਿੰਨ ਮਹੀਨੇ ਚ ਤੁਸੀਂ ਦੇਖਿਆ, ਮੈਂ ਇੱਕ ਚੀਜ਼ ਕਹਿਣਾ ਵਾ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ, ਗਊ ਹੱਤਿਆ ਹੋਈ, ਮੰਦਰ ਤੋੜੇ ਜਾਂਦੇ ਪਏ ਨੇ, ਸ਼ਰੇਆਮ ਮੰਦਰ ਜਿਹੜੇ ਤੋੜੇ ਜਾਂਦੇ ਪਏ ਨੇ। ਹਮੇਸ਼ਾ ਕਾਗਜ਼ੀ ਕਾਰਵਾਈ ਕੀ ਹੈ ਕਿ ਹਿੰਦੂਆਂ ਨਾਲ ਸਿਰਫ ਧੱਕੇ ਛਾਈ, ਹੋਰ ਕੁਛ ਨਹੀਂ ਹੈ। ਹਿੰਦੂਆਂ ਨਾਲ ਵਿਤਕਰਾ, ਹੋਰ ਕੁਛ ਨਹੀਂ ਹੈ ਕਿ ਹਿੰਦੂ ਸਮਾਜ ਆਪਣਾ ਪੰਜਾਬ 'ਚ ਹੱਕ ਵੀ ਨਹੀਂ ਮੰਗ ਸਕਦਾ। ਅਸੀਂ ਤਾਂ ਇੱਕੋ ਹੀ ਚੀਜ਼ ਮੰਗਦੇ ਹਾਂ ਕਿ ਸਾਡੇ ਮੰਦਰ, ਸਾਡੇ ਦੇਵੀ ਦੇਵਤਾ, ਸਾਡੇ ਮੰਦਰ ਸੁਰੱਖਿਅਤ ਰਹਿਣ, ਜਿੱਥੇ ਸਾਡੀ ਆਸਥਾ ਹੈ। ਮਤਲਬ ਕੋਈ ਸੁਣਵਾਈ ਨਹੀਂ ਹੈਗੀ, ਸਪਸ਼ਟ ਸਿੱਧੀ ਗੱਲ ਹੈ ਕਿ ਸਾਡੀ ਸੁਣਵਾਈ ਕੌਣ ਕਰੇਗਾ ਪੰਜਾਬ ਦੇ ਵਿੱਚ। ਸਾਡੀ ਫਿਰ ਇੱਕੋ ਹੀ ਮੰਗ ਰਹਿੰਦੀ ਹੈ ਕਿ ਸਾਡਾ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਵੇ। ਅਸੀਂ ਹਿੰਦੂ ਮੁੱਖ ਮੰਤਰੀ ਇਸ ਲਈ ਮੰਗਦੇ ਹਾਂ। ਹਿੰਦੂ ਹੁੰਦਾ ਤਾਂ ਕਿਸੇ ਖਾਲਿਸਤਾਨ ਦੀ ਹਿੰਮਤ ਪੈਂਦੀ? ਮਤਲਬ ਸੋਚ ਟੰਡਾ ਸਾਹਿਬ ਇਹੀ ਹੋ ਗਈ ਕਿ ਹੁਣ ਖਾਲਿਸਤਾਨੀ ਸੋਚ ਦੇ ਵਿਅਕਤੀ, ਉਹਦੀ ਆਈ ਡੀ ਇਹਨਾਂ ਨੇ ਚੈੱਕ ਨਹੀਂ ਕੀਤੀ ਕਿ ਕਿਹਦੇ ਨਾਲ ਉਹਦੇ ਮੇਲ ਜੋਲ ਨੇ। ਹਜੇ ਤੱਕ ਕੋਈ ਨਹੀਂ ਹੈ। ਜੇ ਕੋਈ ਹੋਰ ਪਾਕਿਸਤਾਨ ਹੁੰਦਾ ਤਾਂ ਇਸ ਟਾਈਮ ਬੰਦੇ ਦੇ ਪਰਚੇ ਦਰਜ ਕਰਕੇ ਅਤੇ ਇਸ ਟਾਈਮ ਜੇਲ੍ਹ 'ਚ ਆਉਣਾ ਸੀਗਾ। ਔਰ ਇੱਥੇ ਸਾਨੂੰ ਆਸ਼ਵਾਸਨ ਕਰਾਂਗੇ, ਕਰਦਾਂਗੇ। ਮਤਲਬ ਜਦ ਤੱਕ ਅਸੀਂ ਧਰਨਾ ਨਹੀਂ ਲਾਵਾਂਗੇ ਤਦ ਤੱਕ ਸਾਡਾ ਕੰਮ ਨਹੀਂ ਹੋਊਗਾ। ਔਰ ਬਹੁਤ ਜਲਦ ਕਹਿ ਕੇ ਵੀ ਆਇਆ, ਮਿਲ ਕੇ ਵੀ ਆਇਆ ਕਿ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਇਆ ਕਿ ਸਰ ਮਜਬੂਰ ਨਾ ਕਰੀਓ ਸਾਨੂੰ ਦਰੀਆਂ 'ਤੇ ਬੈਠਣ ਨੂੰ, ਸਾਡਾ ਕੰਮ ਪਲੀਜ਼ ਹੱਥ ਜੋੜ ਕੇ ਕਰ ਦਿਓ। ਵੀ ਵਿਸ਼ਵੇਸ਼ਰੀ ਮਹਾਦੇਵ ਮੰਦਰ ਦੇ ਬਾਹਰ ਆ ਕੇ ਆਲਣੇ ਦੇ ਵਿੱਚ ਆ ਕੇ ਖਾਲਿਸਤਾਨੀ ਦੁਆਰਾ ਕਪਟੀਜਨਕ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ, ਗੰਦੀ ਗੰਦੀ ਗੱਲਾਂ ਕੀਤੀਆਂ ਜਾਂਦੀਆਂ ਨੇ। ਉਸ ਸੰਬੰਧ ਵਿੱਚ ਮੰਦਰ ਕਮੇਟੀ ਵੱਲੋਂ 6 ਤਰੀਕ ਨੂੰ, ਸ਼ਰਾਬੀ ਤੋਂ 2 ਦਿਨ ਪਹਿਲਾਂ ਘੁਮਾਰ ਵੱਡੀ ਚੌਂਕੀ ਕੰਟਰੋਲ ਕੀਤੀ ਸੀਗੀ, ਜਿਹਦੀ ਦਰਖਾਸਤ ਦੇਣ ਤੋਂ ਬਾਵਜੂਦ ਵੀ 7 ਦਿਨਾਂ ਦੇ ਬਾਅਦ ਤੱਕ ਵੀ ਪਰਚਾ ਉੱਤੇ FIR ਦਰਜ ਨਹੀਂ ਕੀਤੀ ਗਈ। 14 ਤਰੀਕ ਨੂੰ ਜੋ ਹਿੰਦੂ ਸਮਾਜ ਨੇ ਆਹਵਾਨ ਕੀਤਾ ਤਾਂ ਘੁਮਾਰ ਮੰਡੀ ਚੌਂਕੀ ਦੁਆਰਾ, ਪੁਲਿਸ ਸਟੇਸ਼ਨ 8 ਦੁਆਰਾ ਪ੍ਰੀਵੈਂਟਿਵ ਐਕਟ ਲਾ ਕੇ 57 ਲਾ ਕੇ ਉਸ ਵਿਅਕਤੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਔਰ ਸਾਡੀ ਡਿਮਾਂਡ ਹੈ ਕਿ 295 ਧਾਰਾ ਕਿਉਂ ਨਹੀਂ? ਉਹ ਵਿਅਕਤੀ ਕੀ ਕਹਿ ਰਿਹਾ, ਉਹ ਖਾਲਿਸਤਾਨੀ ਸਿੱਖ ਕੀ ਕਹਿ ਰਿਹਾ ਕਿ ਮੰਦਰ 'ਚ ਬੱਚੀਆਂ ਦਾ ਬਲਾਤਕਾਰ ਕੀਤਾ ਜਾਂਦਾ, ਮੰਦਰ 'ਚ ਨਸ਼ਾ ਵੇਚਿਆ ਜਾਂਦਾ? ਕਹਿੰਦਾ ਇੱਥੇ ਤਾਂ ਭਗਵਾਨ ਐ ਨਹੀਂ ਬਿਠਾਏ ਹੋਏ ਨੇ, ਇਹ ਤਾਂ ਵੀ ਢੋਂਗ ਰਚਦੇ ਨੇ। ਇੱਥੇ ਤਾਂ ਧਰਮ ਦਾ ਉਹ ਹੁੰਦਾ, ਮੈਂ ਉਹ ਸ਼ਬਦ ਆਪਣੇ ਮੂੰਹ ਬੋਲ ਨਹੀਂ ਸਕਦਾ ਜਿਹੜੀ ਬਕਵਾਸ ਆ ਜੀ ਉਸ ਵਿਅਕਤੀ ਦੁਆਰਾ ਕੀਤੀ ਹੈ। ਅਸੀਂ ਤਾਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਕਿਸੇ ਹੋਰ ਧਰਮ ਦਾ ਮਸਲਾ ਹੁੰਦਾ ਤਾਂ ਉਸੇ ਵਕਤ 295 ਇਲਾਕੇ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ? ਕਿਆ ਹਿੰਦੂ ਸਮਾਜ ਨਾਲ ਹੀ ਏਦਾਂ ਵਿਤਕਰਾ ਹੁੰਦਾ ਕਿ ਅਸੀਂ ਜਦੋਂ ਕੰਪਲੇਂਟ ਦਿੰਦੇ ਹਾਂ ਤਾਂ ਸਾਨੂੰ ਧਰਨੇ ਪ੍ਰਦਰਸ਼ਨ ਲਾ ਕੇ ਕਾਰਵਾਈ ਕਰਾਉਣੀ ਪੈਂਦੀ ਹੈ? ਪਰ ਹਜੇ ਤੱਕ ਵੀ ਉਹਦੇ ਉੱਤੇ 295 ਦੇ ਤਹਿਤ ਕਾਰਵਾਈ ਨਹੀਂ ਕੀਤੀ ਗਈ ਹੈ। ਬਿਲਕੁਲ, ਅਸੀਂ ਤਾਂ ਇਹ ਫੀਲ ਕਰਦੇ ਹਾਂ ਵੀ ਹਿੰਦੂ ਪੰਜਾਬ ਦਾ ਹਿੰਦੂ ਗੁਲਾਮ ਹੈ। ਸਾਨੂੰ ਦਰਸਾ ਦਿੱਤਾ ਗਿਆ ਵਾ ਵੀ ਪੰਜਾਬੀ ਹਿੰਦੂ ਗੁਲਾਮ ਹੈ ਮੰਦਰ ਦੇ। ਹੁਣ ਤਾਂ ਇਹ ਹੋਣ ਲੱਗ ਗਿਆ, ਆਮ ਆਦਮੀ ਪਾਰਟੀ ਸਰਕਾਰ ਵਿੱਚ ਤਾਂ ਇਹ ਵੀ ਹੋਣ ਲੱਗ ਗਿਆ, ਮੰਦਰ ਦੇ ਅੰਦਰ ਵੜ ਕੇ ਮੰਦਰ ਦੇ ਬਾਹਰ ਖੜ ਕੇ ਲੋਕੀ ਸਰੇਆਮ ਦੇਵੀ ਦੇਵਤਿਆਂ ਨੂੰ ਗਾਲਾਂ ਕੱਢਣ ਲੱਗ ਗਏ ਨੇ, ਪਰ ਸਰਕਾਰ ਚੁੱਪ ਬੈਠ ਕੇ ਤਮਾਸ਼ਾ ਦੇਖ ਰਹੀ ਹੈ। ਅਗਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਹਿੰਦੂ ਗੁਲਾਮ ਹਿੰਦੂ ਨੂੰ ਸੜਕਾਂ ਤੇ ਉਤਰਨਾ ਪਏਗਾ। ਮੈਂ ਤਾਂ ਸਾਫ ਕਹਾਂਗਾ, ਅਸੀਂ ਜਿੱਥੇ ਅੱਜ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਹਾਂ, ਉਹਨਾਂ ਨੇ ਮਿਲਣ ਦੀ ਬਜਾਏ ਸਾਨੂੰ ਅੱਜ DCP ਸਾਹਿਬ ਕੋਲ ਭੇਜਿਆ ਵੀ ਉਹਨਾਂ ਨਾਲ ਤੁਸੀਂ ਆਪਣੀ ਗੱਲ ਰੱਖੋ, ਅਸੀਂ ਆਪਣੀ ਗੱਲ ਰੱਖੀ ਹੈ। ਅਗਰ ਸਾਨੂੰ ਇਨਸਾਫ ਨਹੀਂ ਮਿਲਦਾ, ਅਸੀਂ ਚਲੋ ਸ਼ਾਇਦ ਸਾਡੇ MLA ਨੇ ਗੁਰਪ੍ਰੀਤ ਗੋਗੀ ਜੀ ਕੋਲ ਜਾਏ ਹਾਂ, ਮਦਨ ਲਾਲ ਬੱਗਾ ਜੀ, ਸ਼ੋਕ ਪ੍ਰਾਸ਼ਰ ਪੱਪੀ ਜੀ ਕੋਲ ਵੀ ਜਾਵਾਂਗੇ। ਅਗਰ ਸਾਡੀ ਸੁਣਵਾਈ ਨਹੀਂ ਹੁੰਦੀ, ਅਸੀਂ ਮੰਦਰ ਦੇ ਤਾਲੇ ਬੰਦ ਕਰਕੇ ਚਾਬੀਆਂ ਇਹਨਾਂ ਨੂੰ ਸੌਂਪ ਦੇਵਾਂਗੇ, ਕਿਉਂਕਿ ਸਾਨੂੰ ਡਰ ਹੈ ਉਹ ਫਿਰ ਖਾਲਿਸਤਾਨੀ ਕੋਈ ਨਾ ਕੋਈ ਆ ਕੇ ਫਿਰ ਬਕਵਾਸ ਦੀ ਜਾਂ ਗੰਦੀ ਭਾਸ਼ਾ ਦਾ ਪ੍ਰਯੋਗ ਕਰ ਸਕਦਾ, ਮੰਦਰ ਆ ਕੇ ਬੇਅਦਬੀ ਕਰ ਸਕਦਾ।
ਨੇ ਆ ਜੀ ਅੱਜ ਸਾਡਾ ਸ਼ਿਵ ਸੈਨਾ ਪੰਜਾਬ ਦੇ ਸਾਰੀ ਟੀਮ ਅੱਜ ਸੀਪੀ ਆਫਿਸ ਆਏ ਸੀਗੇ ਅੱਜ ਮੰਗ ਪੱਤਰ ਦੇਣਾ ਸੀਗਾ ਕਿ ਜੋ ਵੀ ਸਾਡੇ ਉੱਥੇ ਮੰਦਿਰ ਦੇ ਬਾਹਰ ਇੱਕ ਖਾਲਿਸਤਾਨੀ ਸੋਚ ਪ੍ਰਤੀ ਵਿਅਕਤੀ ਦੁਆਰਾ ਜੋ ਅਪਸ਼ਬਦ ਬੋਲੇ ਗਏ ਸੀਗੇ ਉਹਦੇ ਉੱਤੇ ਇੱਕ ਬਹੁਤ ਹੀ ਛੋਟੀ ਜਿਹੀ ਧਾਰਾ ਲਾ ਕੇ ਸਾਨੂੰ ਇੱਕ ਟੋਫੀ ਦੇ ਦਿੱਤੀ ਗਈ ਸੀਗੀ ਅਸੀਂ ਉਹ ਟੋਫੀ ਨਾ ਲੈਂਦੇ ਹੋਏ ਅੱਜ ਸੀਪੀ ਆਫਿਸ ਆਏ ਸੀਗੇ ਕਿ ਇਹਦੇ ਉੱਤੇ ਜੋ ਬਣਦੀ ਕਾਰਵਾਈ ਆ ਉਹ ਕਾਰਵਾਈ ਕੀਤੀ ਜਾਵੇ ਪਰ ਸੀਪੀ ਸਾਹਿਬ ਨੇ ਵੀ ਸਾਨੂੰ ਦੂਸਰੇ ਅਫਸਰ ਸਾਹਿਬ ਜੀ ਭੇਜ ਦਿੱਤਾ ਗਿਆ ਕਿ ਉਹਨਾਂ ਨਾਲ ਜਾ ਕੇ ਤੁਸੀਂ ਆਪਣੀ ਗੱਲ ਕਰ ਲਓ ਅਸੀਂ ਹੁਣ ਉਹਨਾਂ ਨਾਲ ਗੱਲ ਕਰਕੇ ਆਏ ਹਾਂ ਕਿ ਜੋ ਵੀ ਇਹ ਵੀਡੀਓ ਦੇ ਵਿੱਚ ਉਹਨੇ ਮੰਦਿਰ ਦੇ ਵਿੱਚ ਬੋਲਿਆ ਕਿ ਮੈਂ ਸ਼ਬਦ ਵੀ ਨਹੀਂ ਬੋਲ ਸਕਦਾ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਮੰਦਿਰਾਂ ਦੇ ਵਿੱਚ ਰੇਪ ਹੁੰਦੇ ਆ ਮੰਦਿਰਾਂ ਦੇ ਵਿੱਚ ਠੱਗੀਆਂ ਹੁੰਦੀਆਂ ਠੋਰੀਆਂ ਹੁੰਦੀਆਂ ਐਸੇ ਹੀ ਸ਼ਬਦ ਉਸ ਵਿਅਕਤੀ ਵੱਲੋਂ ਪ੍ਰਯੋਗ ਕੀਤੇ ਗਏ ਵੀਡੀਓ ਦੇ ਵਿੱਚ ਜੋ ਬਹੁਤ ਸ਼ਰਮਨਾਕ ਨੇ ਅਸੀਂ ਹੁਣ ਉਹਨਾਂ ਨੂੰ ਇਹੀ ਗੱਲ ਕਹਿ ਕੇ ਆਏ ਹਾਂ ਕਿ ਇਹਦੇ ਉੱਪਰ 295 ਦਾ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਜੋ ਹਿੰਦੂ ਸਮਾਜ ਦੇ ਨਾਲ ਇਹ ਉਸ ਦਿਨ ਗਲਤ ਬੋਲ ਕੇ ਗਿਆ ਜੋ ਮੰਦਿਰਾਂ ਦੇ ਵਿੱਚ ਇਹ ਵਿਅਕਤੀ ਗਲਤ ਬੋਲ ਕੇ ਗਿਆ ਉਸਦੀ ਉਸ ਨੂੰ ਸਜ਼ਾ ਮਿਲ ਸਕੇ। ਅਗਰ ਪਰਚਾ ਦਰਜ ਨਹੀਂ ਹੁੰਦਾ ਉਹਦੇ 'ਤੇ 295 ਦਾ ਪਰਚਾ ਦਰਜ ਨਹੀਂ ਹੁੰਦਾ ਜਿਸ ਤਰ੍ਹਾਂ ਤੁਹਾਨੂੰ ਪ੍ਰਧਾਨ ਜੀ ਨੇ ਕਿਹਾ ਕਿ ਅਸੀਂ ਮੰਦਿਰਾਂ ਨੂੰ ਆਪਣੇ ਮੰਦਿਰ ਨੂੰ ਤਾਲਾ ਲਾ ਕੇ ਇਸ ਦੀਆਂ ਚਾਬੀਆਂ ਜਾਂ ਤਾਂ ਸੀ ਪੀ ਆਫਿਸ ਦੇ ਜਾਂਗੇ ਜਾਂ ਸ਼ਹਿਰ ਦੇ ਮੌਜੂਦਾ MLA ਸਾਹਿਬ ਨੂੰ ਉਹਨਾਂ ਨੂੰ ਚਾਬੀਆਂ ਦੇ ਜਾਂਗੇ ਕਿ ਆਹ ਮੰਦਿਰ ਤੁਸੀਂ ਸਾਂਭ ਲਓ ਸਾਨੂੰ ਐਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਸਾਡੇ ਮੰਦਿਰ ਸੇਫ ਨਹੀਂ ਹੈ। ਆਪਣੀ ਰਕਸ਼ਾ ਆਪ ਕਰੇਂਗੇ।